ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਵੀਜ਼ਾ ਆਫਿਸ ਦੇ ਸਾਡੇ ਇਸ ਖਾਸ ਸ਼ੋਅ ਦੇ ਵਿੱਚ। ਗੱਲਬਾਤ ਕਰਨ ਲਈ ਮੌਜੂਦ ਨੇ ਵੀਜ਼ਾ ਆਫਿਸ ਦੇ ਮੈਨੇਜਿੰਗ ਡਾਇਰੈਕਟਰ ਰਣਜੀਤ ਪਾਲ। ਰਣਜੀਤ ਜੀ ਸਵਾਗਤ। ਮਿਹਰਬਾਨੀ ਦੀਪਕ ਜੀ, ਪ੍ਰੋਗਰਾਮ ਦੇਖ ਲਈ ਸਾਰੀ ਆਡੀਅੰਸ ਨੂੰ ਮੇਰੇ ਤੇ ਮੇਰੀ ਟੀਮ ਵੱਲੋਂ ਸਤਿ ਸ਼੍ਰੀ ਅਕਾਲ ਜੀ। ਦੋਸਤੋ, ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ, UK ਇਸ ਵਕਤ ਇੱਕ ਬਹੁਤ ਹੀ ਪ੍ਰੋਮਿਸਿੰਗ ਐਟੀਟਿਊਡ ਦਿਖਾ ਰਿਹਾ। ਸਟੂਡੈਂਟਸ ਦੇ ਵੀਜ਼ਾ ਵੀ ਬਹੁਤ ਵਧੀਆ ਤਰੀਕੇ ਨਾਲ ਆ ਰਹੇ ਨੇ, ਵੀਜ਼ਾ ਸਕਸੈਸ ਰੇਟ ਬਹੁਤ ਵਧੀਆ। ਪਰ ਜਿਹੜੇ ਸਟੂਡੈਂਟਸ ਵੀਜ਼ਾ ਆ ਗਏ ਨੇ ਉਹਨਾਂ ਦੇ ਬਹੁਤ ਸਾਰੇ ਸਵਾਲ ਨੇ, ਖਾਸ ਕਰਕੇ ਕੁਆਰੰਟਾਈਨ ਨੂੰ ਲੈ ਕੇ, ਉਹਦੇ ਪ੍ਰੋਸੈਸ ਨੂੰ ਲੈ ਕੇ, ਕਿਸ ਤਰੀਕੇ ਨਾਲ ਉਹਨੂੰ ਕੰਡਕਟ ਕੀਤਾ ਜਾਏਗਾ, ਕਿਹੜੇ ਕਿਹੜੇ ਰਿਕੁਆਇਰਮੈਂਟਸ ਨੇ, ਏਅਰਪੋਰਟ 'ਤੇ ਕੀ ਹੋਏਗਾ, ਜਾਣ ਤੋਂ ਪਹਿਲਾਂ ਬੁਕਿੰਗ ਕਿਵੇਂ ਕਰਾਈ ਜਾਏਗੀ, ਇਹਨਾਂ ਸਾਰੇ ਸਵਾਲਾਂ ਦੇ ਜਵਾਬ ਅੱਜ ਰਣਜੀਤ ਜੀ ਤੋਂ ਲਵਾਂਗੇ। ਰਣਜੀਤ ਜੀ, ਬਹੁਤ ਸਾਰੇ ਸਟੂਡੈਂਟਸ ਪੁੱਛ ਰਹੇ ਨੇ ਕੁਆਰੰਟਾਈਨ ਬਾਰੇ, ਸਭ ਤੋਂ ਜ਼ਿਆਦਾ ਕਿਸ ਤਰੀਕੇ ਦੇ ਸਵਾਲ ਆ ਰਹੇ ਨੇ? ਦੇਖੋ, ਇੰਪੋਰਟੈਂਟ ਕੁਐਸਚਨ ਜਿਹੜਾ ਆਉਂਦਾ ਹੈ ਕਿ ਅਕੋਮੋਡੇਸ਼ਨ ਨੂੰ ਲੈ ਕੇ ਅਤੇ ਕੁਆਰੰਟੀਨ ਉੱਥੇ ਹੋਣ ਨੂੰ ਲੈ ਕੇ ਬੱਚਿਆਂ ਦੇ ਡਾਊਟ ਨੇ ਕਾਫੀ ਜ਼ਿਆਦਾ। ਸੋ ਉੱਥੇ ਮੈਂ ਡਾਊਟ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗਾ ਇਸ ਵੀਡੀਓ 'ਚ। ਜੇ ਮੈਂ ਸਟਾਰਟਿੰਗ ਕਰਦਾ ਤਾਂ ਦੇਖੋ, ਪਹਿਲਾਂ ਸਿਸਟਮ ਕੀ ਹੁੰਦਾ ਸੀਗਾ ਕਿ ਤੁਸੀਂ ਜਦੋਂ UK ਟਰੈਵਲ ਕਰਨਾ ਹੁੰਦਾ ਸੀਗਾ, ਤੁਸੀਂ ਹਫ਼ਤੇ ਦਾ ਹੋਟਲ ਬੁੱਕ ਕਰਦੇ ਸੀ ਅਤੇ ਉੱਥੇ ਜਾ ਕੇ ਆਪਣੀ ਅਕੋਮੋਡੇਸ਼ਨ ਦੀ ਅਰੇਂਜਮੈਂਟ ਕਰ ਲੈਂਦੇ ਸੀ ਉਸ ਹਫ਼ਤੇ ਦੇ ਟਾਈਮ 'ਚ, ਤੁਹਾਨੂੰ ਐਂਟਰੀ 'ਚ ਕੋਈ ਜ਼ਿਆਦਾ ਦਿੱਕਤ ਨਹੀਂ ਆਉਂਦੀ ਸੀ। ਬਟ ਕਿਉਂਕਿ COVID-19 ਦੀ ਸਿਚੁਏਸ਼ਨ ਆ ਗਈ, ਉਸ ਤੋਂ ਬਾਅਦ ਕੁਆਰੰਟੀਨ ਜਿਹੜਾ ਮੰਡੇਟਰੀ ਕਰਤਾ। ਸੋ UK ਹਾਈ ਕਮਿਸ਼ਨ ਨੇ ਕਲੀਅਰ ਕਿਹਾ ਕਿ 14 ਦਿਨ ਦਾ ਕੁਆਰੰਟੀਨ ਤੁਹਾਨੂੰ ਉੱਥੇ ਜਾਂਦਿਆਂ ਹੀ ਹੋਣਾ ਪੈਣਾ। ਤੁਸੀਂ ਪਹਿਲਾਂ ਕਿਤੇ ਮਿਲ ਨਹੀਂ ਜਾਓਗੇ ਕਿਸੇ ਨੂੰ, ਡਾਇਰੈਕਟ ਉਸ ਅਕੋਮੋਡੇਸ਼ਨ 'ਤੇ ਜਾਓਗੇ ਜਿੱਥੇ ਤੁਸੀਂ ਕੁਆਰੰਟੀਨ ਹੋਣਾ। ਸੋ ਕਿਤੇ ਨਾ ਕਿਤੇ ਇਹ ਚੀਜ਼ ਮਸਟ ਹੈ ਕਿ ਤੁਹਾਨੂੰ ਜਿਹੜੀ ਆਪਣੀ ਅਕੋਮੋਡੇਸ਼ਨ ਉਹ ਬੁੱਕ ਕਰਕੇ ਜਾਣੀ ਪਏਗੀ। ਐਟਲੀਸਟ 15 ਦਿਨ ਦੀ ਅਕੋਮੋਡੇਸ਼ਨ ਤੁਹਾਡੇ ਕੋਲ ਕਨਫਰਮ ਹੋਣੀ ਹੀ ਚਾਹੀਦੀ ਜਿੱਥੇ ਤੁਸੀਂ ਕੁਆਰੰਟੀਨ ਹੋਣਾ। ਉਹਨਾਂ ਨੇ 14 ਦਿਨ ਦਾ ਤੁਹਾਡੇ ਕੋਲ ਪਲੇਸ ਮੰਗਣਾ ਕਿੱਥੇ ਤੁਸੀਂ ਕੁਆਰੰਟੀਨ ਹੋਵੋਗੇ, ਇਸ ਲਈ ਕੁਆਰੰਟੀਨ ਵਾਸਤੇ ਜਿਹੜੀ ਅਕੋਮੋਡੇਸ਼ਨ ਉਹ ਬੁੱਕ ਕਰਵਾ ਕੇ ਹੀ ਜਾਣਾ ਪੈਣਾ। ਇਹ ਬਹੁਤ ਇੰਪੋਰਟੈਂਟ ਚੀਜ਼ ਹੈ। ਜੇ ਤੁਹਾਡੇ ਨਾਲ ਕੋਈ ਹੋਰ ਐਪਲੀਕੈਂਟ ਵੀ ਜਾ ਰਿਹਾ, ਤੁਸੀਂ ਇਕੱਠੇ ਜੇ ਟਰੈਵਲ ਕਰ ਰਹੇ ਹੋ, ਇਕੱਠੇ ਕੁਆਰੰਟੀਨ ਹੋ ਜਾਂਦੇ, ਕਿਉਂਕਿ ਸਪਾਊਸ ਕੇਸ 'ਚ ਕਾਫੀ ਕਨਫਿਊਜ਼ਨ ਹੁੰਦੀ ਬੱਚਿਆਂ ਦੀ ਕਿ ਅਸੀਂ ਅਲੱਗ ਅਲੱਗ ਕੁਆਰੰਟੀਨ ਹੋਣਾ। ਤੁਸੀਂ ਫੈਮਿਲੀ ਮੈਂਬਰ ਇੱਥੇ ਵੀ ਇਕੱਠੇ ਰਹਿੰਦੇ ਹੋ, ਉੱਥੇ ਜਾ ਕੇ ਵੀ ਤੁਸੀਂ ਇਕੱਠੇ ਕੁਆਰੰਟੀਨ ਹੋ ਸਕਦੇ ਹੋ। ਹੋਰ ਕੋਈ ਤੁਹਾਡਾ ਰਿਸ਼ਤੇਦਾਰ ਤੁਹਾਡੇ ਟੱਚ 'ਚ ਨਹੀਂ ਆਉਣਾ ਚਾਹੀਦਾ। ਉਹ ਸਾਰੀਆਂ ਚੀਜ਼ਾਂ ਦਾ ਕਲੈਰੀਫਿਕੇਸ਼ਨ ਉਹਨਾਂ ਨੇ ਪੁੱਛਣਾ ਕਿ ਤੁਸੀਂ ਕਿੱਦਾਂ ਚੀਜ਼ਾਂ ਨੂੰ ਮੈਨੇਜ ਕਰਨਾ ਉੱਥੇ, ਤੁਹਾਡਾ ਗਰੋਸਰੀ ਕਿੱਦਾਂ ਮੈਨੇਜ ਹੋਏਗੀ, ਤੁਸੀਂ ਐਕਸਪੈਂਸਿਸ ਵਗੈਰਾ ਕਿੰਨੇ ਨਾਲ ਲੈ ਕੇ ਆਏ ਹੋ, ਕਿੱਦਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਮੈਨੇਜ ਕਰਨਾ। ਉਹ ਸਾਰੀਆਂ ਚੀਜ਼ਾਂ ਦਾ ਤੁਹਾਨੂੰ ਪਤਾ ਹੋਣਾ, ਇੱਥੋਂ ਬੁਕਿੰਗ ਕਰਕੇ ਜਾਣਾ ਬਹੁਤ ਜ਼ਰੂਰੀ ਹੈ। ਇੱਕ ਚੀਜ਼ ਮੈਂ ਹੋਰ ਐਡ ਆਊਟ ਕਰੂੰਗਾ, ਹਾਈ ਕਮਿਸ਼ਨ ਨੇ ਇੱਕ ਨਵਾਂ ਫਾਰਮ ਇਸ਼ੂ ਕੀਤਾ ਹੈ, ਪ੍ਰੀ ਡਿਪਾਰਚਰ ਫਾਰਮ ਤੁਸੀਂ ਇਸਨੂੰ ਕਹਿ ਸਕਦੇ ਹੋ। ਇਹ ਫਾਰਮ ਕੀ ਹੈ ਕਿ ਦੀਪਕ ਜੀ, 48 ਆਵਰ ਪਹਿਲਾਂ ਜਿੱਦਣ ਤੁਹਾਡੀ ਫਲਾਈਟ ਹੈ ਨਾ, ਉਸ ਫਲਾਈਟ ਦੇ ਟੇਕ ਆਫ ਦੇ ਟਾਈਮ ਤੋਂ 48 ਆਵਰ ਪਹਿਲਾਂ ਤੁਸੀਂ ਉਹ ਫਾਰਮ ਭਰ ਸਕਦੇ ਹੋ। ਉਹ ਫਾਰਮ ਭਰ ਕੇ ਤੁਹਾਨੂੰ ਇੱਕ ਕਨਫਰਮੇਸ਼ਨ ਜਿਹੜੀ ਪ੍ਰਿੰਟ ਕਰਨੀ ਪੈਂਦੀ ਹੈ, 5 ਮਿੰਟ ਦਾ ਕੰਮ ਹੈ ਫਾਰਮ ਨੂੰ ਫਿਲ ਕਰਨਾ। UK ਹਾਈ ਕਮਿਸ਼ਨ ਦੀ ਵੈਬਸਾਈਟ 'ਤੇ ਜਾ ਕੇ ਤੁਸੀਂ ਉਹ ਫਾਰਮ ਫਿਲ ਕਰ ਸਕਦੇ ਹੋ। ਹੁਣ ਸਵਾਲ ਆਉਂਦਾ ਕਿ ਇਸ ਫਾਰਮ ਦੇ ਵਿੱਚ ਡਿਟੇਲ ਕੀ ਪੁੱਛੀ ਜਾਂਦੀ ਹੈ। ਬੇਸਿਕ ਡਿਟੇਲ ਹੋਏਗੀ, ਤੁਹਾਡੀ ਸਭ ਤੋਂ ਮੇਨ ਇੰਪੋਰਟੈਂਟ ਚੀਜ਼ ਹੈ ਅਕੋਮੋਡੇਸ਼ਨ ਬਾਰੇ ਹੋਏਗੀ। ਅਕੋਮੋਡੇਸ਼ਨ ਤੁਹਾਡੀ ਕਿੱਥੇ ਬੁੱਕ ਆ, ਜਿੱਥੇ ਤੁਸੀਂ ਕੁਆਰੰਟੀਨ ਲੈਣਾ, ਉਹ ਡਿਟੇਲ ਹੋਏਗੀ। UK ਵਿੱਚ ਐਮਰਜੈਂਸੀ ਕੰਟੈਕਟ ਨੰਬਰ ਕੀ ਆ, ਉਹ ਡਿਟੇਲ ਮੰਗੀ ਜਾਏਗੀ। ਤੁਹਾਡਾ ਆਪਣਾ ਕੰਟੈਕਟ ਮੰਗਿਆ ਜਾਏਗਾ ਜੋ ਹੁਣ ਤੁਹਾਡੇ ਇੱਥੇ ਅਵੇਲੇਬਲ ਹੋਏਗਾ, ਤੁਸੀਂ ਉਹ ਭਰ ਸਕਦੇ ਹੋ ਉੱਥੇ। ਐਂਡ ਐਡ ਆਨ ਚੀਜ਼ਾਂ ਕੀ ਹੋਣਗੀਆਂ, ਤੁਹਾਡੀ ਫਲਾਈਟ ਨੰਬਰ ਕੀ ਆ, ਤੁਸੀਂ ਕਿਹੜੇ ਏਅਰਪੋਰਟ ਤੋਂ ਟੇਕ ਆਫ ਕਰ ਰਹੇ ਹੋ, ਕਿਹੜੇ ਏਅਰਪੋਰਟ 'ਤੇ ਲੈਂਡ ਕਰ ਰਹੇ ਹੋ, ਤੁਹਾਡਾ ਫਲਾਈਟ ਦਾ ਟਾਈਮਿੰਗ ਕੀ ਆ, ਇਹ ਸਾਰੀਆਂ ਚੀਜ਼ਾਂ ਦੀ ਕਨਫਰਮੇਸ਼ਨ ਤੁਹਾਨੂੰ ਉੱਥੇ ਜਿਹੜੀ ਸਬਮਿਟ ਕਰਨੀ ਪੈਂਦੀ ਹੈ। ਅਤੇ ਉਸ ਤੋਂ ਬਾਅਦ ਇੱਕ ਫਾਰਮ ਪ੍ਰਿੰਟ ਹੁੰਦਾ ਹੈ, ਉਹ ਫਾਰਮ ਤੁਹਾਨੂੰ ਨਾਲ ਲੈ ਕੇ ਜਾਣਾ ਜ਼ਰੂਰੀ ਆ। 2 ਐਪਲੀਕੈਂਟ ਹੋ ਅਤੇ ਵੱਖਰੇ ਵੱਖਰੇ 2 ਫਾਰਮ ਤੁਹਾਨੂੰ ਪ੍ਰਿੰਟ ਕਰਨੇ ਪੈਣਗੇ। ਜੇ ਨਾਲ ਬੇਬੀ ਜਾ ਰਿਹਾ ਕਿ 18 ਈਅਰ ਤੋਂ ਘੱਟ ਹੈ, ਅਤੇ ਉੱਥੇ ਉਹ ਫਾਰਮ ਦੀ ਲੋੜ ਨਹੀਂ ਹੈਗੀ, ਉਹਨੂੰ ਫਾਰਮ ਭਰਨ ਦੀ ਲੋੜ ਨਹੀਂ। ਸਿਰਫ 18+ ਵਾਲੇ ਜਿੰਨੇ ਵੀ ਡਾਇਰੈਕਟ ਟਰੈਵਲ ਕਰ ਰਹੇ ਨੇ ਉਹਨਾਂ ਲਈ ਉਹ ਫਾਰਮ ਮੈਂਡੇਟਰੀ ਹੈ। ਉਹ ਫਾਰਮ ਤੁਹਾਡਾ ਉੱਥੇ ਹਾਈ ਕਮਿਸ਼ਨ, ਜਦੋਂ ਤੁਸੀਂ ਉੱਥੇ ਬਾਰਡਰ ਏਜੰਸੀ ਕੋਲ ਜਾਓਗੇ ਲੈਂਡ ਕਰੋਗੇ, ਤਾਂ ਉਹ ਤੁਹਾਡੇ ਕੋਲ ਫਾਰਮ ਮੰਗਣਗੇ। ਸੋ ਜ਼ਰੂਰੀ ਹੈ ਕਿ 48 ਆਵਰ ਪਹਿਲਾਂ ਤੁਸੀਂ ਆਪਣਾ ਫਾਰਮ ਵੀ ਭਰੋ, ਉਹਦੇ ਵਿੱਚ ਤੁਹਾਡੀ ਸਾਰੀ ਇਨਫੋਰਮੇਸ਼ਨ ਜਿਹੜੀ ਹਾਈ ਕਮਿਸ਼ਨ ਕੋਲ ਪਹਿਲਾਂ ਪਹੁੰਚੇਗੀ ਕਿ ਕੌਣ ਬੰਦਾ ਕਿਸ ਟਾਈਮ 'ਤੇ ਆ ਰਿਹਾ। ਇਸ ਲਈ ਜ਼ਰੂਰੀ ਹੈ ਪਹਿਲਾ ਸਟੈਪ ਆਪਣੀ ਅਕੋਮੋਡੇਸ਼ਨ ਬੁੱਕ ਕਰੋ। ਅਕੋਮੋਡੇਸ਼ਨ ਬੁੱਕ ਕਰਨ ਦੇ ਨਾਲ ਫਲਾਈ ਕਰਨ ਤੋਂ ਪਹਿਲਾਂ ਆਪਣੇ ਕੰਸਲਟੈਂਟ ਨਾਲ ਟੱਚ ਰਹੋ। 48 ਆਵਰ ਪਹਿਲਾਂ ਜਿਹੜਾ ਫਾਰਮ ਸਬਮਿਟ ਹੋਣਾ, ਉਹਨੂੰ ਫਾਰਮ ਨੂੰ ਸਬਮਿਟ ਕਰਕੇ ਉਹਦੀ ਕਨਫਰਮੇਸ਼ਨ ਪ੍ਰਿੰਟ ਕਰਕੇ ਨਾਲ ਲੈ ਕੇ ਜਾਣਾ ਜ਼ਰੂਰੀ ਹੈ। ਨਹੀਂ ਤਾਂ ਹੋ ਸਕਦਾ ਤੁਹਾਨੂੰ ਉਸ ਕਨਫਰਮੇਸ਼ਨ ਤੋਂ ਬਿਨਾਂ ਇੱਥੇ UK ਦੀ ਫਲਾਈਟ ਨਾਲ ਜਾ ਦਿੱਤਾ ਜਾਵੇ। ਅਤੇ ਇਸ ਲਈ ਜ਼ਰੂਰੀ ਹੈ ਕਿ 48 ਆਵਰ ਪਹਿਲਾਂ ਫਾਰਮ ਦਾ ਪ੍ਰਿੰਟ ਕਰਕੇ ਪ੍ਰੋਪਰ ਫੋਨ 'ਚ ਨਹੀਂ, ਉਹਦਾ ਪ੍ਰਿੰਟ ਲੈ ਕੇ ਜਾਣਾ ਜ਼ਰੂਰੀ ਹੈ, ਉਹਨੂੰ ਨਾਲ ਲੈ ਕੇ ਜਾਣਾ, ਤਾਂ ਕਿ ਤੁਹਾਨੂੰ ਬਾਅਦ 'ਚ ਐਂਟਰੀ ਵੇਲੇ ਕੋਈ ਦਿੱਕਤ ਜਿਹੜੀ ਆ ਉਹ ਨਾ ਫੇਸ ਕਰਨੀ ਪਵੇ। ਜੀ ਰਣਜੀਤ ਜੀ, ਇਸ ਤੋਂ ਇਲਾਵਾ ਵੀ ਫਲਾਈਟ ਜਦੋਂ ਲੈਣ ਲੱਗੇ ਨੇ ਸਟੂਡੈਂਟਸ, ਉਸ ਵੇਲੇ ਤੁਸੀਂ ਕੋਈ ਖਾਸ ਐਡਵਾਈਸ ਦੇਣਾ ਚਾਹੋਗੇ ਉਹਨਾਂ? ਕਾਫੀ ਐਡਵਾਈਸ ਨੇ ਇਹਦੇ ਵਿੱਚ, ਜਿਹੜੀ ਇੰਪੋਰਟੈਂਟ ਚੀਜ਼ ਹੈ ਮੈਂ 2 ਚੀਜ਼ਾਂ ਦੇ ਕਵਰ ਆਲਰੇਡੀ ਕਰ ਦਿੱਤੇ ਦੀਪਕ ਜੀ। ਲਾਸਟ 'ਤੇ ਆਪਾਂ ਮੈਂ ਇੱਕ ਤੁਹਾਨੂੰ ਥੋੜ੍ਹਾ ਜਿਹਾ ਹੋਰ ਆਈਡੀਆ ਦੇਦਾ, ਕਿਉਂਕਿ ਦੋਸਤਾਂ ਨੂੰ ਪਤਾ ਹੀ ਹੈ ਕਿ ਹਮੇਸ਼ਾ ਜਦੋਂ ਕੋਈ ਐਂਟਰੀ ਮਿਲਦੀ ਕਿਸੇ ਕੰਟਰੀ ਵਿੱਚ ਤਾਂ ਉਹ ਬਾਰਡਰ ਏਜੰਸੀ ਆਫਿਸਰ ਉੱਥੇ ਬੈਠਾ ਹੁੰਦਾ। ਜਦੋਂ ਤੁਸੀਂ ਉੱਥੋਂ
ਸੋ ਜਿਹੜੇ ਰੈਗੂਲਰ ਟਰੈਵਲਰ ਉਹਨਾਂ ਨੂੰ ਇਹ ਚੀਜ਼ ਪਤਾ ਹੈ। ਸੋ ਉਹ ਬਾਰਡਰ ਆਫਿਸਰ ਜਿਹੜਾ ਬੈਠਾ ਹੈ ਉਹਦੇ ਹੱਥ 'ਚ ਐਂਟਰੀ ਹੁੰਦੀ ਹੈ। ਦੇਖੋ COVID-19 ਦੇ ਵੈਸੇ ਉਹ ਬਹੁਤ ਫਰੈਂਡਲੀ ਨੇ, ਸਟੂਡੈਂਟ ਨੂੰ ਕੋਈ ਜ਼ਿਆਦਾ ਦਿੱਕਤ ਨਹੀਂ ਆਉਂਦੀ। ਤੁਹਾਡੇ ਕੋਰਸ ਦੇ ਰਿਲੇਟਡ ਸਵਾਲ ਪੁੱਛਦੇ ਨੇ ਕਿੱਥੇ ਕੋਰਸ ਆ, ਕਿੰਨੇ ਟਾਈਮ ਦਾ ਕੋਰਸ ਆ, ਕੀ ਸਟੱਡੀ ਕਰਨ ਆਏ ਹੋ। ਸੋ ਇੱਦਾਂ ਦੀ ਬੇਸਿਕ ਡਿਟੇਲ ਉਹਨਾਂ ਨੇ ਪੁੱਛਣੀ ਉਹ ਬੱਚਿਆਂ ਨੂੰ ਪਤਾ ਹੁੰਦੀ ਹੈ। ਇੱਕ ਹੋਰ ਚੀਜ਼ ਜਿੱਥੇ ਉਹਨਾਂ ਦਾ ਹੁਣ ਪ੍ਰਾਈਮ ਫੋਕਸ ਹੈ, ਜਿੰਨੇ ਬੱਚੇ ਗਏ ਨੇ ਉਹਨਾਂ ਨੇ ਜੋ ਐਕਸਪੀਰੀਅੰਸ ਸ਼ੇਅਰ ਕੀਤਾ, ਉਹ ਤੁਹਾਡੀ ਕੁਆਰੰਟੀਨ ਨੂੰ ਲੈ ਕੇ ਜਿਹੜਾ ਕਾਫੀ ਜ਼ਿਆਦਾ ਕੋਸ਼ੀਸ ਹੋ ਕੇ ਜਿਹੜੇ ਆ ਕੋਨਸ਼ੀਅਸ ਰਹਿ ਕੇ ਤੁਹਾਡੇ ਕੋਲ ਕੁਐਸਚਨ ਪੁੱਛਦੇ ਆ ਕਿ ਤੁਸੀਂ ਕਿੱਥੇ ਰਹਿ ਰਹੇ ਹੋ, ਐਡਰੈਸ ਕੀ ਹੈ, ਐਮਰਜੈਂਸੀ ਕੰਟੈਕਟ ਵਗੈਰਾ ਕੀ, ਜੋ ਤੁਸੀਂ ਫੋਰਮ 'ਚ ਵੀ ਭਰੇ ਹੁੰਦੇ ਨੇ। ਐਂਡ ਪਲੱਸ ਤੁਹਾਡਾ ਆਪਣਾ ਅਰੇਂਜਮੈਂਟ ਕੀ ਹੈ, ਮੰਨ ਲਓ ਤੁਹਾਨੂੰ ਉੱਥੇ ਅਗਰ ਐਮਰਜੈਂਸੀ ਆਉਂਦੀ ਹੈ ਤਾਂ ਤੁਸੀਂ ਕਿਹਨੂੰ ਕੰਟੈਕਟ ਕਰੋਗੇ, ਤੁਹਾਡੇ ਫੂਡ ਦਾ ਕੀ ਅਰੇਂਜਮੈਂਟ ਆ, ਤੁਹਾਨੂੰ ਫੂਡ ਦੀ ਸਪਲਾਈ ਕਿੱਦਾਂ ਹੋਣੀ ਹੈ, ਤੁਸੀਂ ਕੋਈ ਉਹਦਾ ਅਰੇਂਜਮੈਂਟ ਕੀਤਾ, ਕਿਉਂਕਿ ਇਹ ਸਾਰੀਆਂ ਰਿਸਪੋਂਸੀਬਿਲਟੀਜ਼ ਤੁਹਾਡੀਆਂ ਨੇ। ਸੋ ਇਹਦੇ ਵਾਸਤੇ ਮੈਂ ਹੋਰ ਟਿਪ ਐਡ ਆਨ ਕਰ ਸਕਦਾ ਕਿ ਅਗਰ ਯੂਨੀਵਰਸਿਟੀ ਦਾ ਤੁਹਾਨੂੰ ਅਕੋਮੋਡੇਸ਼ਨ ਮਿਲਦੀ ਹੈ ਸਟਾਰਟਿੰਗ 'ਚ ਜਾਣ ਤੋਂ ਪਹਿਲਾਂ ਤਾਂ ਉਹ ਤੁਸੀਂ ਬੁੱਕ ਕਰਾ ਸਕਦੇ ਹੋ, ਤੁਹਾਡੇ ਲਈ ਆਪਣੀ ਜਿਹੜੀ ਸੈਲਰੀ ਉਹ ਘੱਟ ਜਾਏਗੀ। ਅਦਰਵਾਈਜ਼ ਤੁਸੀਂ ਬਾਹਰ ਵੀ ਅਕੋਮੋਡੇਸ਼ਨ ਲੈਂਦੇ ਹੋ ਤਾਂ ਬਾਰਡਰ ਏਜੰਸੀ ਨੇ ਨੋਰਮਲ ਕੁਐਸਚਨ ਪੁੱਛਣੇ। ਬਟ ਮੇਕ ਸ਼ੋਰ ਕਰੋ ਅਕੋਮੋਡੇਸ਼ਨ ਅਤੇ ਕੁਆਰੰਟੀਨ ਨੂੰ ਲੈ ਕੇ ਤੁਹਾਡੇ ਮਨ 'ਚ ਸਾਰੇ ਸਵਾਲ ਤੁਹਾਡੇ ਕਲੀਅਰ ਹੋਣੇ ਚਾਹੀਦੇ ਆ। ਤੁਸੀਂ ਗਰੋਸਰੀ ਕਿੱਦਾਂ ਅਰੇਂਜ ਕਰਨੀ ਆ, ਜੇ ਕੋਈ ਬਿਮਾਰ ਹੋ ਜਾਂਦਾ ਤਾਂ ਉਹਦੇ ਟ੍ਰੀਟਮੈਂਟ ਵਾਸਤੇ ਕਿੱਦਾਂ ਕਿੱਦਾਂ ਤੁਸੀਂ ਕਿਹੜਾ ਵੇ ਜਿਹੜਾ ਅਪਣਾਉਣਾ ਹੈ। ਸੋ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਜ਼ਰੂਰ ਪੁੱਛਣਗੇ ਕਿ ਤੁਹਾਡਾ ਆਪਣਾ 14 ਦਿਨ ਵਾਸਤੇ ਕੀ ਪਲੈਨ ਹੈ, ਕਿੱਦਾਂ ਤੁਸੀਂ ਮੈਨੇਜ ਕਰੋਗੇ 14 ਦਿਨ, ਕਿਉਂਕਿ ਤੁਸੀਂ ਕਿਤੇ ਪਬਲਿਕ ਪਲੇਸਿਸ 'ਤੇ ਨਹੀਂ ਜਾਣਾ, ਤੁਸੀਂ ਇੱਕ ਕਮਰੇ 'ਚ ਹੀ ਤੁਹਾਨੂੰ ਰਹਿਣਾ ਪੈਣਾ ਜਦ ਤੱਕ ਤੁਹਾਡੇ 14 ਦਿਨ ਪੂਰੇ ਨਹੀਂ ਹੁੰਦੇ। ਸੋ ਇਹਨਾਂ ਚੀਜ਼ਾਂ ਦਾ ਅਗਰ ਤੁਸੀਂ ਧਿਆਨ ਰੱਖੋਗੇ ਤਾਂ ਤੁਹਾਨੂੰ ਉੱਥੇ ਬਾਰਡਰ ਏਜੰਸੀ ਕੋਈ ਦਿੱਕਤ ਨਹੀਂ ਕਰਨ ਵਾਲੀ, ਜਿੰਨੇ ਬੱਚੇ ਗਏ ਨੇ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆਈ। ਬਸ ਤੁਸੀਂ ਆਪਣੀ ਕੁਆਰੰਟੀਨ ਨੂੰ ਲੈ ਕੇ ਉਹ ਸਟ੍ਰਿਕਟ ਨੇ, ਅਗਰ ਤੁਸੀਂ ਕੁਆਰੰਟੀਨ ਦੀ ਅਕੋਮੋਡੇਸ਼ਨ ਵਗੈਰਾ ਦੀ ਪਰੂਫ ਉਹਨਾਂ ਨਹੀਂ ਦਿਖਾ ਪਾਉਂਦੇ ਤਾਂ ਤੁਹਾਨੂੰ ਪੈਨਲਟੀ ਵੀ ਲਗਾ ਸਕਦੇ ਨੇ, ਪੈਨਲਟੀ ਵੀ ਹੈਵੀ ਲੱਗਣੀਆਂ ਨੇ। ਸੋ ਬੈਟਰ ਹੈ, ਇੱਦਾਂ ਕੋਈ ਇਸ਼ੂ ਨਹੀਂ ਆ ਰਿਹਾ ਕਿ ਆਪਣੀ ਅਕੋਮੋਡੇਸ਼ਨ ਜਿਹੜੀ ਆ ਉਹ ਜ਼ਰੂਰ ਲੈ ਕੇ ਜਾਓ ਅਤੇ ਆਪਣਾ ਕੁਆਰੰਟੀ ਦਾ ਸਾਰਾ ਸਿਸਟਮ ਤੁਹਾਨੂੰ ਕਲੀਅਰ ਹੋਵੇ ਤਾਂ ਤੁਹਾਨੂੰ ਕੋਈ ਵੀ ਦਿੱਕਤ ਜਿਹੜੀ ਹੈ ਯੂਕੇ ਵਿੱਚ ਨਹੀਂ ਆਏ। ਸੋ ਦੋਸਤੋ, ਬਲ ਸਾਹਿਬ ਨੇ ਜਿਹੜੀਆਂ ਗੱਲਾਂ ਕਹੀਆਂ ਬਹੁਤ ਛੋਟੀਆਂ ਛੋਟੀਆਂ ਨੇ ਬਟ ਬਹੁਤ ਹੀ ਇੰਪੋਰਟੈਂਟ ਨੇ, ਖਾਸ ਕਰਕੇ ਕੋਵਿਡ ਦੇ ਇਸ ਪੀਰੀਅਡ ਦੇ ਵਿੱਚ ਕਿਸੇ ਨੂੰ ਵੀ ਇਹਨਾਂ ਦੇ ਬਿਹਾਫ 'ਤੇ ਰਿਜੈਕਟ ਵੀ ਕੀਤਾ ਜਾ ਸਕਦਾ ਅਤੇ ਬਹੁਤ ਵੱਡਾ ਨੁਕਸਾਨ ਹੋ ਸਕਦਾ। ਹੋਰ ਵੀ ਬਹੁਤ ਸਾਰੇ ਵੀਡੀਓ ਸਾਡੇ ਚੈਨਲ 'ਤੇ ਆਉਂਦੇ ਰਹਿੰਦੇ ਨੇ, ਦੇਖਣ ਲਈ ਤੁਸੀਂ ਸਬਸਕ੍ਰਾਈਬ ਜ਼ਰੂਰ ਕਰੋ। ਧੰਨਵਾਦ। ਧੰਨਵਾਦ ਜੀ।